ਅੱਜ ਕੌਣੀ ਸਾਹਿਬ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਕੌਣੀ ਸਾਹਿਬ ਨਾਲ ਜੋ ਮੇਨ ਬਾਨੀ ਆ ਪਾਰਟੀ ਦੇ, ਦੇਖੋ ਇਹ ਅਸਲ ਬਾਨੀ ਇਹ ਆ ਪਾਰਟੀ ਦੇ ਕੌਣੀ ਸਾਹਿਬ, ਇਹਨਾਂ ਨੇ ਜੋ ਅੱਜ ਇਕੱਠ ਕੀਤਾ, ਇਹਨਾਂ ਨੇ ਤਿਣਕਾ ਤਿਣਕਾ ਕਰਕੇ ਇਹ ਸਾਰੇ ਵਰਕਰ ਦੇ ਵਰਕ ਇਹਨਾਂ ਦੀ ਬਦੌਲਤ ਅੱਜ ਸਾਰਾ ਇਕੱਠ ਇਹਨਾਂ ਨੇ ਇਸ ਕਰਕੇ ਕੀਤਾ ਬਾਈ ਜਾਂ ਪਹਿਲਾਂ ਦੇ ਵਰਕਰ ਤਾਂ ਗੱਲਾਂ ਹੋਇਆ। ਪਰ ਮੈਂ ਨਾ ਮੇਰੇ ਭਰਾ ਨੂੰ ਵਿਸ਼ਵਾਸ ਪਾਇਆ ਕਿ ਤੁਹਾਡੀ ਕਦੇ ਭਿੱਠ ਨਹੀਂ ਲੱਗਣ ਦੇ ਜਿੰਨਾ ਚਿਰ ਮੈਂ ਬੈਠਾ। ਇਹਨਾਂ ਕਰਕੇ ਅਸੀਂ ਆ ਜੀ, ਮੈਂ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਕਿਹਾ ਹੋਇਆ, ਸਾਰੇ ਗੱਲ ਬੜੇ ਸਿਆਣੇ ਆ, ਸਾਰੇ ਸਮਝਦੇ ਆ। ਮੈਂ ਕਿਹਾ ਜੀ ਇਹਨਾਂ ਕਰਕੇ ਆਪਾਂ ਬਾਈ ਆਪਣੇ ਕਰਕੇ ਇਹਨਾਂ ਦੀ ਪਹਿਲ ਆਪਣੀ ਮੇਰੀ ਪਾਲਿਸੀ ਹੈ ਦੇ ਵਿੱਚ ਚੇਂਜ ਹੋਇਆ ਜਦੋਂ ਗਈ ਥੋੜ੍ਹਾ ਬਹੁਤ ਕੀ ਕਹੋ। ਪਹਿਲਾਂ ਤਾਂ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਔਰ ਜਿੰਨੇ ਵਰਕਰ ਜਿੰਨੇ ਮੇਰੇ ਸਾਥੀ ਮੇਰੇ ਅੱਜ ਇਸ ਘੜੀ ਦੇ ਵਿੱਚ ਮੇਰੇ ਸਿਰ 'ਤੇ ਹੱਥ ਰੱਖਣ ਆਏ ਆ, ਮੇਰੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੇ ਆ, ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਮੈਂ ਧੰਨਵਾਦ ਕਰਦਾ। ਮੈਂ ਔਰ ਮੇਰਾ ਪਰਿਵਾਰ ਹਮੇਸ਼ਾ ਇਹ ਸਾਥ ਦਾ ਜਿਹੜੇ ਲੋਕ ਦਿੰਦੇ ਆ ਇਹਦਾ ਅਸੀਂ ਰਿਣੀ ਰਹਾਂਗੇ। ਕੀ ਕਹੋਗੇ, ਇਹ ਵੀ ਜੋੜ ਕੇ ਵੇਖਿਆ ਜਾ ਰਿਹਾ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਆ ਜਾਂ ਕੁਛ ਇਸ ਤਰ੍ਹਾਂ ਦਾ, ਪਰ ਪਾਰਟੀ ਨੇ ਜੋ ਫੈਸਲਾ ਲਿਆ ਹੈਗਾ ਉਹਨੂੰ ਕਿਵੇਂ ਵੇਖਦੇ ਹੋ? ਸ਼ਕਤੀ ਪ੍ਰਦਰਸ਼ਨ ਨਹੀਂ, ਇਹ ਸਾਡੇ ਜਿਹੜੇ ਵਰਕਰ ਆ ਜਿਹੜੇ ਜਿਹਨਾਂ ਨੂੰ ਇਹ ਲੱਗਦਾ ਸੀ ਵੀ ਕਣੀ ਪਤਾ ਨਹੀਂ ਹੁਣ ਸਾਡੇ ਨਾਲ ਕੀ ਹੋਊਗਾ, ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਅਤੇ ਅੱਜ ਇਕੱਠਾ ਕੀਤਾ ਸੀ ਮੈਂ ਤੁਹਾਡੇ ਨਾਲ। ਜਿਵੇਂ ਪਹਿਲਾਂ ਮੈਂ ਸਾਡੇ ਵਰਕਰਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਹਮੇਸ਼ਾ ਵਿਚਰਦਾ ਰਿਹਾ, ਉਸੇ ਤਰ੍ਹਾਂ ਹੀ ਨਿਰੰਤਰ ਮੈਂ ਲਗਾਤਾਰ ਇਹਨਾਂ ਨਾਲ ਵਿਚਰਦਾ ਰਹੂੰਗਾ। ਚਾਹੇ ਪਾਰਟੀ ਦਾ ਕੋਈ ਫੈਸਲਾ ਹੋਵੇ ਮੈਂ ਉਹ ਫੈਸਲੇ ਨੂੰ ਸਿਰ ਝੁਕਾ ਕੇ ਬਣਾਂਗਾ। ਕਿਤੇ ਮਲਾਲ ਵੀ ਹੈਗਾ ਕਿ ਪਾਰਟੀ ਲਈ ਇੰਨਾ ਕੰਮ ਕੀਤਾ ਅਤੇ ਉਹ ਜਿਹੜਾ ਹੈਗਾ? ਇਨਸਾਨ ਹਮੇਸ਼ਾ ਆਸ 'ਤੇ ਜਾਂਦਾ ਔਰ ਮਨ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਲੈ ਕੇ ਚੱਲਦਾ ਕਿ ਸੁਪਨਾ ਲੈ ਕੇ ਚੱਲਦਾ ਕਿ ਮੇਰਾ ਆਹ ਸੁਪਨਾ ਹੈ, ਉਹ ਡਰੀਮ ਹੈ, ਉਹ ਪੂਰਾ ਕਰਨਾ ਹੈ। ਕੋਈ ਨਹੀਂ, ਉਹ ਸਮਾਂ ਲੰਬਾ ਪਿਆ ਹੋਊਗਾ, ਕਿਤੇ ਨਾ ਕਿਤੇ ਮਹਾਰਾਜ ਕਿਰਪਾ ਕਰੋ। ਅੱਜ ਫਿਰ ਕੀ ਵਿਸ਼ਵਾਸ ਦਵਾਇਆ ਡਿੰਪੀ ਢਿੱਲੋਂ ਨੂੰ ਜਦੋਂ ਇਕੱਠ ਦੇ ਵਿੱਚ? ਔਰ ਇਹ ਵਿਸ਼ਵਾਸ ਵੀ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ, ਜਿਹੜਾ ਵੀ ਕੈਂਡੀਡੇਟ ਹੋਊਗਾ ਅਸੀਂ ਉਹਦੀ ਮਦਦ ਕਰਾਂਗੇ। ਓਕੇ, ਅੱਜ ਕੌਣੀ ਸਾਹਿਬ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਜੀ ਕੌਣੀ ਸਾਹਿਬ ਨਾਲ ਜੋ ਮੇਨ ਬਾਨੀ ਆ ਪਾਰਟੀ ਦੇ, ਦੇਖੋ ਇਹ ਅਸਲ ਬਾਨੀ ਇਹ ਆ ਪਾਰਟੀ ਦੇ ਕੌਣੀ ਸਾਹਿਬ, ਇਹਨਾਂ ਨੇ ਜੋ ਅੱਜ ਇਕੱਠ ਕੀਤਾ ਇਹਨਾਂ ਨੇ ਤਿਣਕਾ ਤਿਣਕਾ ਕਰਕੇ ਇਹ ਸਾਰੇ ਵਰਕਰ ਦੇ ਵਰਕ ਇਹਨਾਂ ਦੀ ਬਦੌਲਤ ਅੱਜ ਸਾਰਾ ਇਕੱਠ ਇਹਨਾਂ ਨੇ ਇਸ ਕਰਕੇ ਕੀਤਾ ਬਾਈ ਜਾਂ ਪਹਿਲਾਂ ਦੇ ਵਰਕਰ ਤਾਂ ਗੱਲਾਂ ਹੋਇਆ। ਪਰ ਮੈਂ ਨਾ ਮੇਰੇ ਭਰਾ ਨੂੰ ਵਿਸ਼ਵਾਸ ਪਾਇਆ ਤੁਹਾਡੀ ਕਦੇ ਭਿੱਠ ਨਹੀਂ ਲੱਗਣ ਦੇ ਜਿੰਨਾ ਚਿਰ ਮੈਂ ਬੈਠਾ। ਇਹਨਾਂ ਕਰਕੇ ਅਸੀਂ ਆ ਜੀ, ਮੈਂ ਸਾਰੇ ਵਰਕਰਾਂ ਨੂੰ ਸਾਰਿਆਂ ਨੂੰ ਕਿਹਾ ਹੋਇਆ, ਸਾਰੇ ਗੱਲ ਬੜੇ ਸਿਆਣੇ ਆ, ਸਾਰੇ ਸਮਝਦੇ ਆ। ਮੈਂ ਕਿਹਾ ਜੀ ਇਹਨਾਂ ਕਰਕੇ ਆਪਾਂ ਬਾਈ ਆਪਣੇ ਕਰਕੇ ਇਹਨਾਂ ਦੀ ਪਹਿਲ ਆਪਣੀ ਮੇਰੀ ਪਾਲਿਸੀ ਹੈ ਦੇ ਵਿੱਚ ਚੇਂਜ ਹੋਇਆ ਜਦੋਂ ਗਈ ਥੋੜ੍ਹਾ ਬਹੁਤ ਕੀ ਕਹੋ? ਪਹਿਲਾਂ ਤਾਂ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਔਰ ਜਿੰਨੇ ਵਰਕਰ ਜਿੰਨੇ ਮੇਰੇ ਸਾਥੀ ਮੇਰੇ ਅੱਜ ਇਸ ਘੜੀ ਦੇ ਵਿੱਚ ਮੇਰੇ ਸਿਰ 'ਤੇ ਹੱਥ ਰੱਖਣ ਆਏ ਆ, ਮੇਰੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੇ ਆ, ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਮੈਂ ਧੰਨਵਾਦ ਕਰਦਾ। ਮੈਂ ਔਰ ਮੇਰਾ ਪਰਿਵਾਰ ਹਮੇਸ਼ਾ ਇਹ ਸਾਥ ਦਾ ਜਿਹੜੇ ਲੋਕ ਦਿੰਦੇ ਆ ਇਹਦਾ ਅਸੀਂ ਰਿਣੀ ਰਹਾਂਗੇ।
ਕੀ ਕਹੋਗੇ? ਇਹ ਵੀ ਜੋੜ ਕੇ ਵੇਖਿਆ ਜਾ ਰਿਹਾ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਆ ਜਾਂ ਕੁਛ ਇਸ ਤਰ੍ਹਾਂ ਦਾ, ਪਰ ਪਾਰਟੀ ਨੇ ਜੋ ਫੈਸਲਾ ਲਿਆ ਹੈਗਾ ਉਹਨੂੰ ਕਿਵੇਂ ਵੇਖਦੇ ਹੋ? ਸ਼ਕਤੀ ਪ੍ਰਦਰਸ਼ਨ ਨਹੀਂ, ਇਹ ਸਾਡੇ ਜਿਹੜੇ ਵਰਕਰ ਆ ਜਿਹੜੇ ਜਿਹਨਾਂ ਨੂੰ ਇਹ ਲੱਗਦਾ ਸੀ ਵੀ ਕਣੀ ਪਤਾ ਨਹੀਂ ਹੁਣ ਸਾਡੇ ਨਾਲ ਕੀ ਹੋਊਗਾ, ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਅੱਜ ਇਕੱਠਾ ਕੀਤਾ ਸੀ। ਮੈਂ ਤੁਹਾਡੇ ਨਾਲ, ਜਿਵੇਂ ਪਹਿਲਾਂ ਮੈਂ ਸਾਡੇ ਵਰਕਰਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਹਮੇਸ਼ਾ ਵਿਚਰਦਾ ਰਿਹਾ, ਉਸੇ ਤਰ੍ਹਾਂ ਹੀ ਨਿਰੰਤਰ ਮੈਂ ਲਗਾਤਾਰ ਇਹਨਾਂ ਨਾਲ ਵਿਚਰਦਾ ਰਹੂੰਗਾ। ਚਾਹੇ ਪਾਰਟੀ ਦਾ ਕੋਈ ਫੈਸਲਾ ਹੋਵੇ, ਮੈਂ ਉਹ ਫੈਸਲੇ ਨੂੰ ਸਿਰ ਝੁਕਾ ਕੇ ਬਣਾਂ। ਕਿਤੇ ਮਲਾਲ ਵੀ ਹੈਗਾ ਕਿ ਪਾਰਟੀ ਲਈ ਇੰਨਾ ਕੰਮ ਕੀਤਾ ਤੇ ਉਹ ਜਿਹੜਾ ਹੈਗਾ? ਇਨਸਾਨ ਹਮੇਸ਼ਾ ਆਸ ਤੇ ਜਾਂਦਾ ਹੈ ਔਰ ਮਨ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਲੈ ਕੇ ਚੱਲਦਾ ਕਿ ਸੁਪਨਾ ਲੈ ਕੇ ਚੱਲਦਾ ਕਿ ਮੇਰਾ ਆਹ ਸੁਪਨਾ ਹੈ, ਉਹ ਡਰੀਮ ਹੈ, ਉਹ ਪੂਰਾ ਕਰਨਾ ਹੈ। ਕੋਈ ਨਹੀਂ, ਉਹ ਸਮਾਂ ਲੰਬਾ ਪਿਆ ਹੋਊਗਾ, ਕਿਤੇ ਨਾ ਕਿਤੇ ਮਾਰਾ ਇੱਕ ਕਿਰਪਾ ਕਰੋ। ਅੱਜ ਫਿਰ ਕੀ ਵਿਸ਼ਵਾਸ ਦਵਾਇਆ ਡਿੰਪੀ ਢਿੱਲੋਹਰਾਂ ਨੂੰ ਜਦੋਂ ਇਕੱਠ ਦੇ ਵਿੱਚ? ਔਰ ਇਹ ਵਿਸ਼ਵਾਸ ਵੀ ਸਾਰੇ ਇਕੱਠੇ ਹੋ ਕੇ ਚੱਲਾਂਗੇ, ਜਿਹੜਾ ਵੀ ਕੈਂਡੀਡੇਟ ਹੋਊਗਾ ਅਸੀਂ ਉਹਦੀ ਮਦਦ ਕਰਾਂਗੇ। ਓਕੇ।